ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਕਰਤੂਤ ਤਾਂ ਤੁਹਾਡੀ ਬੱਸਾਂ ਬਾਹਣੀ ਦੇਣੀ ਹੈ, ਪਰ ਹੁਣ ਕਰਨਾ ਤਾਂ ਕੌਣਾ ਸਵਾਗਤ। ਹੁਣ ਵਾਪਸੀ ਵਾਰੀ ਜੇ ਕੋਈ ਬੜੀ ਪੈਂਚੇ ਪਾਈ ਤਾਂ ਇਸ ਵਾਰੀ ਪੱਟ ਵੀ ਚੜ ਲੈਣ। ਪਹਿਲਾਂ ਬੋਲੀ ਤਾਂ ਇੱਥੋਂ ਕੋਈ ਵੀ ਫਰਮਾਇਸ਼ੀ ਪ੍ਰੋਗਰਾਮ ਨਹੀਂ ਚੜਨਾ। ਇੱਕ ਜਣਾ ਪਿਛਲੀ ਵਾਰੀ ਸੁੰਡ ਥੀ ਮੰਗਾ ਦੀ ਤਾਂ ਇੱਥੋਂ ਕੁਛ ਦੀ ਇਹਨੂੰ ਨਿੱਕਿਆ ਨਾ ਨਹੀਂ ਹੋਇਆ ਜਿਹੜੀ ਆ ਸੁੰਡ ਬੰਦੇ ਚਲੀਏ। ਏਅਰ ਹੋਸਟੈਸ ਦੇ ਕੱਪੜਿਆਂ ਦੇਖੀ ਕੋਈ ਕਮੈਂਟ ਨਾ ਕਰ। ਇੱਕ ਤਾਂ ਤੁਹਾਨੂੰ ਗਲੈਮਰ ਦੱਸੀਏ, ਉਭਰੀਆਂ ਤੁਹਾਡੀ ਗੱਲਾਂ ਸੁਣੀਏ। ਵੇਖੀ ਚੱਲ ਕਾਕਾ ਛੇੜੀ ਨਾ, ਚਾਹ ਸਿਰਫ ਦੋ ਹੀ ਵਾਰ ਮਿਲਣੀ ਹੈ, ਘੜੀ ਘੜੀ ਮੂਤਰਾ ਨਹੀਂ ਚੱਲੀ ਜਾਣਾ ਗੁਸਲਖਾਨੇ 'ਚ। ਪਿਛਲੀ ਵਾਰੀ 10 ਚਮਚੇ ਕਹਿੰਦੇ 6 ਕਟੋਰੀਆਂ ਗੈਬ ਬਣਾਈਆਂ, ਤਾਂ ਬਹਿ ਜਾਂਦੀ ਵਾਰੀ ਤਲਾਸ਼ੀ ਵੀ ਹੋਣੀ ਹੈ। ਜੇ ਕੁਛ ਨਿਕਲਿਆ ਤਾਂ ਤੁਹਾਡੇ ਮੈਂ ਕੱਦੂ ਛਿੱਲੇ ਦੇਣੇ ਨਾ। ਮੀਟ ਖਾਣੇ ਵਾਲੇ ਕਿ ਸਿਰਫ 2 ਹੀ ਪੀਸ ਮਿਲਣੇ ਨਾ। ਜੇ ਕੋਈ ਹੋਰ ਮੰਗੇ ਤਾਂ ਮੈਂ ਡੇਗਾ 'ਚ ਗੋਤੇ ਲਵਾਉਣੇ ਨਾ। ਇੱਥੋਂ ਬੱਕਰੂਆ ਵਢੋਇਆ ਨਾ ਕਿ ਘੋੜਾ ਵਢੋਇਆ। ਜੇ ਕੋਈ ਸ਼ੋਰ ਹੋਏ ਮਾਂ ਆਪਣੀ ਘੰਟੀ ਵਾਰ ਵਾਰ ਵਜਾਈ ਤਾਂ ਮੈਂ ਥਪੜਾਣੇ ਵੈਨ। ਇਹ ਏਅਰ ਹੋਸਟੈਸ ਨਾ ਕਿ ਤੁਹਾਡੀ ਮਾਸੀ ਕੁੜੀਆਂ। ਟਿਕਟੋਕ ਵਾਲੀ ਚਮਕਾਦਣ ਆਪਣੀ ਸੀਟਾਂ 'ਚ ਚੁਣੀਆਂ ਰਹਿਣ। ਜੇ ਕੋਈ ਰਾਹੁਲ ਤੇਰੇ ਸੰਗ ਚੱਲੂੰਗੀ ਵਾਲਾ ਗਾਣਾ ਚਲਾਇਆ ਤਾਂ ਮੈਂ ਬੋਨ ਟੈਰ ਬਿਠਾਉਣੀ ਨਾ ਹੈ। ਗਲਾਇਤਾ ਆ ਪੀੜੀਆਂ ਪੀ ਕੇ ਜੇ ਕੋਈ ਬੁੱਢਾ ਗੁਲਫੇ ਤਾਂ ਤੂੰ ਸੁੱਟੇ ਤਾਂ ਮੈਂ ਉਮਰਾਂ ਲਿਹਾਜ਼ ਨਹੀਂ ਕਰਦਾ। ਕਮੀਜ਼ਾ ਘੋੜੀ ਕੇ ਭਜਾਉਣੇ ਨਾ ਮੈਂ। ਪਰਮਾਤਮਾ ਦੇ ਬਾਅਦ ਜੇ ਤੁਹਾਨੂੰ ਕੋਈ ਬਚਾ ਸਕਦਾ ਤਾਂ ਸਾ ਮੈਂ ਹਾਂ। ਤਾਂ ਮੇਰੇ ਵਾਸਤੇ ਪ੍ਰਾਰਥਨਾ ਕਰਿਆ ਕਿ ਬਸਲਦੀਆਂ ਪਹਿਲਾਂ ਵਿਆਹ ਹੋਈ ਹੈ ਮੇਰਾ। ਇਹ ਤਾਂ ਸਿਆਲਾ ਘੜਨਾ ਬੜਾ ਔਖਾ ਹੈ। ਧੰਨਵਾਦ।